ਅੱਜ 12 ਜਨਵਰੀ ਹੈ ਦਿਨ ਸ਼ੁੱਕਰਵਾਰ ਹੈ ਕੱਲ ਸ਼ਨੀਚਰਵਾਰ ਨੂੰ ਲੋਹੜੀ ਦਾ ਤਿਉਹਾਰ ਹੈ ਤੇ ਲੋਹੜੀ ਵਾਲੇ ਦਿਨ ਮੌਸਮ ਵਿਭਾਗ ਕਹਿੰਦਾ ਕਿ ਪੰਜਾਬ 'ਚ ਸਭ ਤੋਂ ਵੱਧ ਠੰਡ ਪਾਉਗੀ ਕੱਲ ਨੂੰ ਤਾਂ ਪੰਜਾਬ ਜੰਮ ਹੀ ਜਾਊਗਾ ਕੱਲ ਨੂੰ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਗੀ ਦਾ ਜੋੜ ਮੇਲ ਸ਼ੁਰੂ ਹੋ ਰਿਹਾ ਹੈ ਤੇ ਅੱਜ 1.7 ਡਿਗਰੀ ਤਾਪਮਾਨ ਪੰਜਾਬ 'ਚ ਠੰਡ ਗਿਆ ਅੰਮ੍ਰਿਤਸਰ ਦੇ ਵਿੱਚ ਤਾਂ ਰਿਕਾਰਡ ਤੋੜ ਠੰਡ ਪੈ ਰਹੀ ਹੈ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਚੇਤਾਵਨੀ ਹੈ ਹਾਦਸੇ ਵੀ ਵਾਪਰ ਰਹੇ ਨੇ ਸੰਗਣੀ ਧੁੰਦ ਕਰਕੇ ਗੁਰੂਕੀ ਨਗਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 4 ਦੋਸਤਾਂ ਦੀ ਜਾਨ ਚਲੀ ਗਈ ਹੈ ਦਰਬਾਰ ਸਾਹਿਬ ਮੱਥਾ ਟੇਕ ਕੇ ਰਾਤ ਨੂੰ ਘਰੇ ਵਾਪਸ ਜਾ ਰਹੇ ਸੀ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਅੱਜ ਵੀ ਸੁਣਵਾਈ ਟਲ ਗਈ ਹੁਣ 15 ਨੂੰ ਹੋਵੇਗੀ ਸੁਖਪਾਲ ਖਹਿਰਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਅੱਜ ਜੇਲ੍ਹ ਦੇ ਵਿੱਚ ਵੱਡੇ ਲੀਡਰ ਵੀ ਪਹੁੰਚੇ ਨੇ ਜਥੇਦਾਰ ਕਾਉਕੇ ਦੇ ਮਾਮਲੇ ਵਿੱਚ ਕੌਮੀ ਘਟ ਗਿਣਤੀ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ ਪੰਜਾਬ ਦੀ ਮਾਨ ਸਰਕਾਰ ਤੋਂ ਜਵਾਬ ਮੰਗ ਲਿਆ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਣੇ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਤੋਂ 24 ਘੰਟਿਆਂ ਦੇ ਅੰਦਰ ਪੰਜਾਬ ਦੇ ਮੌਸਮ ਦੇ ਵਿੱਚ 360 ਡਿਗਰੀ ਦਾ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ ਦਾ ਸਵੇਰ ਤੇ ਰਾਤ ਦਾ ਤਾਪਮਨ 1.7 ਡਿਗਰੀ ਹੋਰ ਠੰਡਾ ਡਿੱਗਿਆ ਹੈ ਜਿਹੜਾ ਕਿ ਹੁਣ ਤੱਕ ਸਭ ਤੋਂ ਵੱਧ ਹੈ ਕਿੜਾਕੇ ਦੀ ਠੰਡ ਪੰਜਾਬ 'ਚ ਹੋਰ ਵੱਧ ਗਈ ਹੈ ਅੰਮ੍ਰਿਤਸਰ ਦੇ ਵਿੱਚ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਨ 1.4 ਡਿਗਰੀ ਦਰਜ ਕੀਤਾ ਗਿਆ ਯਾਨੀ ਕਿ ਅੰਮ੍ਰਿਤਸਰ ਤਾਂ ਜੰਮਿਆ ਹੀ ਪਿਆ ਫਰੀਦਕੋਟ ਬਠਿੰਡਾ ਦੇ ਵਿੱਚ 2 ਡਿਗਰੀ ਤਾਪ ਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਦਾ ਹਾਲ ਮਾਨਸਾ ਦਾ ਰਿਹਾ ਪੰਜਾਬ ਦੇ ਹੋਰ ਜ਼ਿਲਾਂ ਦੇ ਤਾਪਮਨ ਦੇ ਵਿੱਚ ਵੀ ਰਿਕਾਰਡ ਤੋੜ ਕਮੀ ਦਰਜ ਕੀਤੀ ਗਈ ਹੈ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਵੀ ਰਾਤ ਦਾ ਤਾਪਮਨ 5 ਡਿਗਰੀ ਤੱਕ ਪਹੁੰਚ ਗਿਆ ਹੈ ਮੌਸਮ ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਅਗਲੇ 4 ਤੋਂ 5 ਦਿਨ ਇਸੇ ਤਰ੍ਹਾਂ ਠੰਡ ਰਹੇਗੀ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਦਿਨ ਦੀ ਸ਼ੁਰੂਆਤ ਅੱਜ ਵੀ ਸੰਘਣੀ ਧੁੰਦ ਨਾਲ ਹੋਈ ਸ਼ਹਿਰਾਂ ਦੇ ਵਿੱਚ ਤਾਂ ਵਿਜ਼ਿਬਿਲਟੀ 50 ਤੋਂ 100 ਮੀਟਰ ਦੇ ਵਿਚਾਲੇ ਰਹੀ ਜਦਕਿ ਪਿੰਡਾਂ ਦੇ ਵਿੱਚ ਇਹ ਹੋਰ ਵੀ ਘੱਟ ਸੀ 12 1 ਵਜੇ ਤੱਕ ਤਾਂ ਮਸਾਂ ਹੀ ਜਾ ਕੇ ਕਿਤੇ ਉਤਰਨੀ ਸ਼ੁਰੂ ਹੋਈ ਸੀ ਹਾਲਾਂਕਿ ਦੁਪਹਿਰ ਤੱਕ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਧੁੱਪ ਨੇ ਵੀ ਮੁਖੜਾ ਦਿਖਾਇਆ ਹਰਿਆਣਾ ਦੇ ਅੰਬਾਲਾ ਕੁਰ ਖੇਤਰ ਕੈਥਲ ਤੇ ਕਰਨਾਲ ਦੇ ਵਿੱਚ ਹੋਰ ਠੰਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅੱਜ ਤੜਕੇ ਰਿਵਾਨੀ ਭਵਾਨੀ ਰਿਵਾੜੀ ਭਵਾਨੀ ਹਿਸਾਰ ਤੇ ਅੰਬਾਲਾ ਦੇ ਵਿੱਚ ਸੰਗਣੀ ਧੁੰਦ ਸੀ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਚਤਾਵਨੀ ਜਾਰੀ ਕੀਤੀ ਗਈ ਹੈ ਤੜਕੇ 50 ਮੀਟਰ ਵਿਜ਼ਿਬਿਲਟੀ ਸੀ ਕਿਉਂਕਿ ਧੁੰਦ ਪਈ ਹੋਈ ਸੀ ਠੰਡੀਆਂ ਹਵਾਵਾਂ ਕਰਕੇ ਤਾਪਮਾਨ ਤੇ ਜ਼ਿਆਦਾ ਅਸਰ ਇਥੇ ਨਹੀਂ ਪਵੇਗਾ ਹਿਮਾਚਲ ਦੇ ਹਮੀਰਪੁਰ ਊਨਾ ਬਿਲਾਸਪੁਰ ਮੰਡੀ ਤੇ ਕਾਂਗੜਾ ਦੇ ਵਿੱਚ ਧੁੰਦ ਛਾਈ ਹੋਈ ਹੈ ਫਿਲਹਾਲ Shimla ਤੇ ਹੋਰ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੈ ਯੂਪੀ ਦੇ ਵਿੱਚ ਇਸ ਸੀਜ਼ਨ ਚ ਪਹਿਲੀ ਵਾਰ 2.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸਹਾਰਨਪੁਰ ਸਭ ਤੋਂ ਵੱਧ ਠੰਡਾ ਹੈ ਕਾਨਪੁਰ ਦੇ ਵਿੱਚ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ 16 ਸ਼ਹਿਰਾਂ ਦੇ ਵਿੱਚ ਕੋਲਡ ਡੇ ਦੀ ਚੇਤਾਵਨੀ ਹੈ ਮੱਧ ਪ੍ਰਦੇਸ਼ ਤੋਂ ਰਾਹਤ ਦੀ ਖਬਰ ਹੈ ਮੀ ਇਥੇ ਘਟ ਗਿਆ ਹੈ ਬੰਦ ਵੀ ਹੋ ਗਿਆ ਇੱਕ ਹਫਤੇ ਤੱਕ ਕੜਾਕੇ ਦੀ ਠੰਡ ਹੁਣ ਇਥੇ ਨਹੀਂ ਪਏਗੀ 16 ਜਨਵਰੀ ਤੋਂ ਫੇਰ ਪੱਛਮੀ ਗੜਬੜੀ ਐਕਟਿਵ ਹੋਵੇਗੀ ਮੀ ਤੇ ਗੜੇਮਾਰੀ ਦੀ ਸੰਭਾਵਨਾ ਹੈ ਤਿੰਨ ਦਿਨ ਨੇ ਜਿਹੜੇ ਉਹ ਪੂਰੇ ਤਰ੍ਹਾਂ ਨਾਲ ਠੰਡੇ ਹੀ ਰਹਿਣਗੇ ਅੱਜ ਭੋਪਾਲ ਇੰਦੌਰ ਅਤੇ ਗਵਾਲੀਅਰ ਦੇ ਵਿੱਚ ਧੁੰਦ ਚਾਈ ਰਹੀ ਰਾਜਸਥਾਨ ਦੇ ਵਿੱਚ ਵੀ ਠੰਡ ਕੜਾਕੇ ਦੀ ਪੈ ਰਹੀ ਹੈ ਮਾਊਂਟ ਆਬੂ ਦੇ ਵਿੱਚ ਅੱਜ ਦੂਜੇ ਦਿਨ ਵੀ ਬਰਫ਼ ਜੰਮੀ ਰਹੀ ਸ਼੍ਰੀ ਗੰਗਨਗਰ ਸੀਕਰ ਚੁਰੂ ਤੇ ਫਤਿਹਪੁਰ ਅਦੇ ਵਿੱਚ ਇਹਨਾਂ ਚਾਰ ਸ਼ਹਿਰਾਂ ਦਾ ਤਾਪਮਨ 5 ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿੱਚ ਰਾਤ ਦਾ ਤਾਪਮਨ 7.4, ਜੈਸਲਮੀਰ 7, ਜੋਧਪੁਰ 9.5 ਦਰਜ ਕੀਤਾ ਗਿਆ। ਦਿੱਲੀ ਦਾ ਵੀ ਘੱਟੋ-ਘੱਟ ਤਾਪਮਨ 3.9 ਡਿਗਰੀ ਪਹੁੰਚ ਗਿਆ ਜੋ ਇਸ ਮੌਸਮ ਦੇ ਔਸਤ ਤਾਪਮਨ ਤੋਂ 3 ਡਿਗਰੀ ਘੱਟ ਹੈ ਤੇ ਇਸ ਸਰਦੀ ਦਾ ਸਭ ਤੋਂ ਘੱਟ ਤਾਪਮਨ ਹੈ। ਸੰਗਣੀ ਤੋਂ ਕਰਕੇ ਦਿੱਲੀ ਆਉਣ ਤੇ ਜਾਣ ਵਾਲੀਆਂ 39 ਟ੍ਰੇਨਾਂ ਇੱਕ ਤੋਂ 6 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਨੇ। ਤੁੰਦ ਦਾ ਅਸਰ ਪੰਜਾਬ ਦੀਆਂ ਸੜਕਾਂ ਤੇ ਭਿਆਨਕ ਹਾਦਸਿਆਂ ਦੇ ਰੂਪ ਚ ਵੀ ਨਜ਼ਰ ਆਇਆ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਪਰਤ ਰਹੇ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਇਸ ਖਬਰ ਨੇ ਸਾਰੇ ਪੰਜਾਬ ਨੂੰ ਉਦਾਸਮਈ ਕਰ ਦਿੱਤਾ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਗੁਰ ਹਰਸਾਏ ਨੂੰ ਵਾਪਸ ਪਰਤ ਰਹੇ ਸੀ ਪਰ ਹਰੀ ਕੇ ਨੇੜੇ ਅੰਮ੍ਰਿਤਸਰ ਤੋਂ ਹਰੀ ਕੇ ਅੰਦਰ ਨਵੇਂ ਹਾਈਵੇ ਤੇ ਧੁੰਦ ਕਾਰਨ ਖੜੇ ਟਰਾਲੇ ਦੇ ਵਿੱਚ ਕਾਰ ਵਜਨ ਕਰਕੇ ਕਰੀਬ ਸਵਾ 12 ਅੱਜ ਰਾਤ ਨੂੰ ਇਹ ਹਾਦਸਾ ਵਾਪਰਿਆ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਨੇ 4 ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਇੱਕ ਜ਼ਖਮੀ ਹੈ ਜਾਨ ਗਵਾਉਣ ਵਾਲਿਆਂ ਦੀ ਪਛਾਣ ਪਰਮਜੀਤ ਸਿੰਘ ਗੁਰਦੇਵ ਸਿੰਘ ਰੋਬਨਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਵਜੋਂ ਹੋਈ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਕੂਲ ਬੱਸਾਂ ਤੇ ਸਵਿਫਟ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਸਵਿਫਟ ਕਾਰ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਬੱਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਦੁਰਘਟਨਾ ਦੇ ਵਿੱਚ ਗੱਡੀ ਦਾ ਅਗਲਾ ਹਿੱਸਾ ਤਾਂ ਪੂਰੀ ਤਰ੍ਹਾਂ ਖਤਮ ਹੋ ਗਿਆ ਪਰ ਰਾਹ ਦੀ ਗੱਲ ਹੈ ਕਿ ਕਿਸੇ ਵੀ ਬੱਚੇ ਸਮੇਤ ਕਾਰ ਸਵਾਰ ਨੂੰ ਸੱਟਾਂ ਨਹੀਂ ਵੱਜੀਆਂ ਉਹਨਾਂ ਦੇ ਜਾਨੀ ਨੁਕਸਾਨ ਤੋਂ ਬਚਾਰੇ ਹੈ ਪੰਜਾਬ ਦੇ ਵਿੱਚ ਛੋਟੇ ਬੱਚਿਆਂ ਦੀਆਂ ਛੁੱਟੀਆਂ ਤਾਂ ਚੱਲ ਰਹੀਆਂ ਨੇ ਪਰ 11ਵੀਂ ਤੇ 12ਵੀਂ ਦੀਆਂ ਕਲਾਸਾਂ ਲੱਗਦੀਆਂ ਨੇ ਬੱਚੇ ਸਕੂਲਾਂ ਨੂੰ ਜਾਂਦੇ ਨੇ ਉਸ ਸਕੂਲ ਵਾਂ ਦੇ ਨਾਲ ਇਹ ਹਾਦਸਾ ਵਾਪਰਿਆ ਹਾਲਾਂਕਿ ਬੱਸ ਵਿੱਚ ਬੱਚਿਆਂ ਦੀ ਗਿਣਤੀ ਕਾਫੀ ਥੋੜੀ ਸੀ। ਸੀਤ ਲਹਿਰ ਦਾ ਅਸਰ ਆਸਥਾ ਤੇ ਵੀ ਨਜ਼ਰ ਆ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ। ਪ੍ਰਬੰਧਕਾਂ ਵੱਲੋਂ ਇੱਥੇ ਠੰਡ ਤੋਂ ਬਚਣ ਵਾਸਤੇ ਖਾਸ ਪ੍ਰਬੰੰਧ ਕੀਤੇ ਗਏ ਨੇ। ਗੁਰੂ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਸੰਗਤ ਦੇ ਪੈਰ ਧੋਣ ਦੇ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਕਰਾਂ ਦੇ ਵਿੱਚ ਮੈਟ ਵਿਛਾਏ ਗਏ ਨੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਤੇ ਆਲੇ ਦੁਆਲੇ ਪਹਿਲੀ ਤੇ ਦੂਜੀ ਮੰਜ਼ਲ ਤੇ ਖਾਸ ਨਵੇਂ ਮੋٹے ਗਲੀਚੇ ਵਿਛਾਏ ਗਏ ਨੇ ਹਰਮੰਦਰ ਸਾਹਿਬ ਦੀਆਂ ਉਤਲੀਆਂ ਮੰਜ਼ਲਾਂ ਤੇ ਬਣੀਆਂ ਖਿੜਕੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਕਰਮਾਂ ਤੇ ਕਰਮਾਂ ਤੋਂ ਬਾਹਰ ਚਾਰੇ ਪਾਸੇ ਬਣੇ ਗੇਟਾਂ ਦੇ ਕੋਲ ਚਾਹ ਦੇ ਲੰਗਰ ਲਗਾਤਾਰ ਚੱਲ ਰਹੇ ਨੇ ਮੌਸਮ ਤੋਂ ਬਾਅਦ ਤੁਹਾਨੂੰ ਪੰਜ ਖਾਸ ਖਬਰਾਂ ਦੱਸ ਦਿੰਦੇ ਹਾਂ ਸ੍ਰੀ ਮੁਕਸਰ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਕੱਲ ਤੋਂ ਮਾਗੀ ਦਾ ਜੋੜਮੇਲ ਸ਼ੁਰੂ ਹੋ ਰਿਹਾ ਹੈ 1705 ਈਸਵੀ ਦੇ ਵਿੱਚ ਖਿਦਰਾਣੇ ਦੀ ਲੜਾਈ ਦੇ ਵਿੱਚ ਮੁਗਲਾਂ ਦੇ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ 40 ਸਿੱਖ ਯੋਧਿਆਂ ਦੀ ਯਾਦ ਵਿੱਚ ਸਦੀਆਂ ਤੋਂ ਮਾਗੀ ਦਾ ਜੋੜਮੇਲ ਮਨਾਇਆ ਜਾਂਦਾ ਹੈ ਇਸ ਲੜਾਈ ਤੋਂ ਬਾਅਦ ਖਿਦਰਾਣੇ ਦਾ ਨਾਮ ਮੁਕਤਸਰ ਜਾਂ ਮੁਕਤੀ ਦਾ ਤਲਾਬ ਪੈ ਗਿਆ ਸੀ ਪਰ ਸੋ ਨੂੰ ਵੱਡੀ ਗਿਣਤੀ ਵਿੱਚ ਸੰਗਤ ਮਾਗੀ ਮੌਕੇ ਇਸ਼ਨਾਨ ਕਰੇਗੀ ਕੱਲ ਲੋਹੜੀ ਮੌਕੇ ਹੀ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਦਿਖਾਈ ਦੇਵੇਗੀ ਅੱਜ ਵੀ ਸੰਗਤਾਂ ਜਿਹੜੀਆਂ ਹਮ ਹੁਮਾ ਕੇ ਪਹੁੰਚੀਆਂ ਨੇ ਇਸ ਮੌਕੇ ਪੂਰੇ ਜੋੜ ਮੇਲ ਦੇ ਵਿੱਚ 5 ਲੱਖ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ ਸੁਰੱਖਿਆ ਦੇ ਮੱਦੇ ਨਜ਼ਰ ਸਾਨਿਕ ਪੁਲਿਸ ਨੇ ਸ਼ਹਿਰ ਨੂੰ 7 ਜ਼ੋਨਾਂ ਦੇ ਵਿੱਚ ਵੰਡਿਆ ਹੈ ਤੇ ਇੱਥੇ 4500 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਸ਼ਹਿਰ ਚੋਂ ਲੰਘਣ ਦੀ ਬਜਾਏ ਬਾਈਪਾਸ ਭੇਜਿਆ ਜਾਊਗਾ ਕੱਲ 13 ਜਨਵਰੀ ਨੂੰ ਸ਼੍ਰੀ ਖੰਡਪਟ ਸਾਹਿਬ ਆਰੰਭ ਹੋਣਗੇ 3 ਦਿਨ ਦੀਵਾਨ ਸਜਾਏ ਜਾਣਗੇ ਤੇ ਆਖਰੀ ਦਿਨ 15 ਜਨਵਰੀ ਨੂੰ ਸ਼੍ਰੀ ਖੰਡਪਟ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਨਗਰਕੀ ਸਜਾਇਆ ਜਾਵੇਗਾ ਤੇ ਰਵਾਇਤੀ ਤੌਰ ਤੇ ਸਮਾਪਤੀ ਹੋ ਜਾਏਗੀ ਹਾਲਾਂਕਿ 16 ਜਨਵਰੀ ਨੂੰ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਵੀ ਕੱਢਿਆ ਜਾਵੇਗਾ ਸਿਰਮਕਸਰ ਸਾਹਿਬ ਵਿਖੇ ਮਾਗੀ ਦੇ ਜੋੜਮੇਲ ਮੌਕੇ ਘੋੜਿਆਂ ਦਾ ਮੇਲਾ ਵੀ ਲਗਾਤਾਰ 4 ਦਿਨਾਂ ਤੋਂ ਚੱਲ ਰਿਹਾ ਅੱਜ ਮੇਲੇ ਦਾ ਆਖਰੀ ਦਿਨ ਹੈ ਰਾਜਸਥਾਨ ਹਰਿਆਣਾ ਯੂਪੀ ਗੁਜਰਾਤ ਤੇ ਪੰਜਾਬ ਤੋਂ ਇੱਥੇ ਘੋੜੇ ਪਹੁੰਚੇ ਨੇ ਇਹਨਾਂ ਘੋੜਿਆਂ ਦੀ ਕੀਮਤ 2 ਲੱਖ ਤੋਂ ਲੈ ਕੇ 20 ਲੱਖ ਤੱਕ ਹੈ ਅੰਦਾਜ਼ੇ ਮੁਤਾਬਕ 2 ਕਰੋੜ ਦੇ ਕੁੱਲ ਘੋੜੇ ਇਸ ਮੇਲੇ ਦੇ ਵਿੱਚ ਆਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕੱਲ 11 ਜਨਵਰੀ ਨੂੰ ਘੋੜਿਆਂ ਦੇ ਇਸ ਮੇਲੇ ਵਿੱਚ ਖਾਸ ਤੌਰ ਤੇ ਪਹੁੰਚੇ ਸਨ ਸਾਡੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਅਗਲੇ ਦਿਨਾਂ ਦੇ ਵਿੱਚ ਅਸੀਂ ਘੋੜਿਆਂ ਦੀਆਂ ਖਾਸ ਸਟੋਰੀਆਂ ਤੁਹਾਨੂੰ ਦਿਖਾਵਾਂਗੇ ਮਾਗੀ ਦੇ ਜੋੜ ਮੇਲ ਮੋਕੇ ਸ਼ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਵੱਲੋਂ ਅੱਜ ਸਿਆਸੀ ਕਾਨਫਰੰਸ ਕੀਤੀ ਗਈ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਪਹੁੰਚੀਆਂ ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਰੈਲੀ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੱਲ ਮਿਲੇਗਾ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨਾਲ ਉਹ ਖਾ ਕੀਤਾ ਹੈ ਵਾਦਾ ਜਿਹੜਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ 1000 ਰੁਪਏ ਮਹੀਨੇ ਦਾ ਇਸ ਸ੍ਰੀ ਅਕਾਲ ਦਲ ਦੀ ਕਾਨਫਰੰਸ ਦੇ ਵਿੱਚ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਸਟੇਜ ਤੋਂ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦੀ ਮਹਾਨਤਾ ਬਾਰੇ ਬੀਬੀਆਂ ਦੇ ਰੋਲ ਬਾਰੇ ਕੀ ਕੁਝ ਬੋਲਿਆ ਹੈ ਉਹ ਵੀ ਸੁਣ ਲੈਂਦੇ ਹਾਂ ਜਿਹੜੇ ਬਾਦਲ ਸਾਹਿਬ ਨੂੰ ਪੰਡੀ ਪ੍ਰਚਾਰ ਕਰਕੇ ਇਹਨਾਂ ਨੇ ਕਿਹਾ ਕਿ ਬੇਅਦਬੀਆਂ ਕੀਤੀਆਂ ਨੇ ਅੱਜ ਅਫਸੋਸ ਹੁੰਦਾ ਹੈ 5 ਸਾਲ ਕਾਂਗਰਸੀਆਂ ਨੇ ਜਾਂਚ ਕੀਤੀ ਬੇਅਦਬੀਆਂ ਦੇ ਕੇਸਾਂ ਦੀ ਉਸ ਜਾਂਚ ਦੀ ਰਿਪੋਰਟ ਇਸ ਆਮ ਆਦਮੀ ਪਾਰਟੀ ਨੇ ਅਦਾਲਤ ਵਿੱਚ ਪੇਸ਼ ਕੀਤੀ ਤੇ ਡੇਢ ਸਾਲ ਤੋਂ ਬੇਅਦਬੀਆਂ ਦਾ ਕੇਸ ਚੱਲ ਰਿਹਾ ਨਾ ਕਿਸੇ ਬਾਦਲ ਦਾ ਨਾ ਨਾ ਕਿਸੇ ਅਕਾਲੀ ਦਲ ਦਾ ਨਾ ਨਾ ਕਿਸੇ ਵਕਰ ਦਾ ਨਾ ਜਿਹੜੇ ਸਾਨੂੰ ਝੂਠੇ ਇਲਜ਼ਾਮ ਲਾਂਦੇ ਸੀ ਕਿ ਸਾਡਾ ਪਰਿਵਾਰ ਨਸ਼ਾ ਵੇਚਦਾ ਹੈ ਮੈਂ ਚੇਤਾਵਨੀ ਦਿੰਦੀ ਆ ਭਗਵਾਨ ਤੁਮ ਨੂੰ ਛੱਕ ਕੇ ਸਾਨੂੰ ਸਾਰਿਆਂ ਨੂੰ ਬੰਦ ਕਰ ਦੇ ਲੇਕਿਨ ਗਲੀਆਂ ਚ ਨਸ਼ਾ ਬੰਦ ਕਰਕੇ ਦਿਖਾਓ ਹੁਣ ਤੁਹਾਨੂੰ 80 ਸਾਲ ਦੇ ਦਰਸ਼ਨ ਸਿੰਘ ਦੀ ਵੱਖਰੀ ਕਹਾਣੀ ਸੁਣਾਉਂਦੇ ਹਾਂ ਜਿਨ੍ਹਾਂ ਨੇ ਅਸਲ ਦੇ ਵਿੱਚ ਮੌਤ ਨੂੰ maat ਦਿੱਤੀ ਹੈ ਕਿਉਂਕਿ ਦਰਸ਼ਨ ਸਿੰਘ ਮਰਨ ਤੋਂ ਬਾਅਦ ਮੁੜ ਜ਼ਿੰਦਾ ਹੋ ਗਏ ਨੇ ਸੁਣਨ ਦੇ ਵਿੱਚ ਸ਼ਾਇਦ ਆਪਾਂ ਸਭ ਨੂੰ ਹੈਰਾਨੀ ਹੋ ਰਹੀ ਹੈ ਪਰ ਇਹ ਸੱਚ ਹੈ ਦਿਲ ਦੇ ਮਰੀਜ਼ ਦਰਸ਼ਨ ਸਿੰਘ ਨੂੰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਾਲਤ ਖਰਾਬ ਹੋਣ ਕਰਕੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਵੀਰਵਾਰ ਨੂੰ ਦਰਸ਼ਨ ਸਿੰਘ ਦੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਵੈਂਟੀਲੇਟਰ ਤੋਂ ਹਟਾ ਕੇ ਮ੍ਰਿਤ ਐਲਾਨ ਦਿੱਤਾ ਸੀ ਸਾਰੇ ਰਿਸ਼ਤੇਦਾਰਾਂ ਨੂੰ ਵੀ ਦਰਸ਼ਨ ਸਿੰਘ ਦੇ ਇਸ ਦੁਨੀਆ ਤੋਂ ਚਲੇ ਜਾਂਦੀ ਖਬਰ ਦੇ ਦਿੱਤੀ ਗਈ ਸੀ ਦਰਸ਼ਨ ਸਿੰਘ ਦੇ ਭਰਾ ਉਹਨਾਂ ਨੂੰ ਕਰਨਾਲ ਤੋਂ ਇਲਾਜ ਲਈ ਪਟਿਆਲਾ ਲੈ ਕੇ ਆਏ ਸੀ ਜਦੋਂ ਅੰਤਿਮ ਸੰਸਕਾਰ ਦੇ ਲਈ ਐਂਬੂਲੈਂਸ ਰਾਹੀਂ ਕਰਨਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਕੈਥਲ ਨੇੜੇ ਐਂਬੂਲੈਂਸ ਦਾ ਟਾਇਰ ਜਦੋਂ ਖੱਡੇ ਵਿੱਚ ਵੱਜਿਆ ਤਾਂ ਦਰਸ਼ਨ ਸਿੰਘ ਦਾ ਹੱਥ ਥੇਲਿਆ ਐਂਬੂਲੈਂਸ ਵਿੱਚ ਬੈਠੇ ਦਰਸ਼ਨ ਸਿੰਘ ਦੇ ਪੁੱਤ ਬਲਦੇਵ ਸਿੰਘ ਨੂੰ ਉਹਨਾਂ ਦੇ ਹੱਥ ਥੇਲਣ ਦਾ ਸ਼ੱਕ ਹੋਇਆ ਤਾਂ ਨਰਸ ਨੇ ਜਦੋਂ ਦਰਸ਼ਨ ਸਿੰਘ ਦੀ ਨਬਜ਼ ਚੈੱਕ ਕੀਤੀ ਚੱਲ ਰਹੀ ਸੀ ਉਸ ਤੋਂ ਬਾਅਦ ਵਾਪਸ ਹਸਪਤਾਲ ਲੈ ਕੇ ਗਏ ਡਾਕਟਰਾਂ ਨੇ ਚੈੱਕ ਕੀਤਾ ਸਾਹ ਚੱਲ ਰਹੇ ਸੀ ਤੇ ਫਿਰ ਦਰਸ਼ਨ ਸਿੰਘ ਨੂੰ ਕਰਨਾਲ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਡਾਕਟਰ ਨੇਤਪਾਲ ਸਿੰਘ ਨੇ ਵੀ ਇੱਥੇ ਪੁਸ਼ਟੀ ਕੀਤੀ ਕਿ ਦਰਸ਼ਨ ਸਿੰਘ ਦਾ ਬੀਪੀਐਸਸੀ 90 ਦੇ ਵਿਚਾਲੇ ਹੈ ਸਾਹ ਚੱਲ ਰਹੇ ਨੇ ਨਤੀਜਾ ਕੀ ਹੋਵੇਗਾ ਇਸ ਨੂੰ ਲੈ ਕੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਰੱਬ ਨੇ ਕਹਿੰਦੇ ਇੱਕ ਮੌਕਾ ਦਿੱਤਾ ਹੈ ਤੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਲਾਂਪੁਰ ਦਾਖਾ ਨਗਰ ਕਾਉਂਸਲ ਨੇ ਆਬਾਦੀ ਸ਼੍ਰੇਣੀ 15000 ਤੋਂ 25000 ਤਹਤ ਉੱਤਰੀ ਭਾਰਤ ਦੇ ਸਵੱਛ ਸ਼ਹਿਰ ਦਾ ਪੁਰਸਕਾਰ ਜਿੱਤਿਆ ਹੈ ਨਗਰ ਕਾਉਂਸਲ ਦਾਖਾ ਨੇ گارਬੇਜ ਫ੍ਰੀ ਸਿਟੀ ਸਰਟੀਫਿਕੇਟ ਤੇ ODF ਦੇ ਵਿੱਚ ਵਾਟਰ ਪਲੱਸ ਸਰਟੀਫਿਕੇਟ ਵਿੱਚ ਇੱਕ ਸਟਾਰ ਰੈਂਕਿੰਗ ਹਾਸਲ ਕੀਤੀ ਹੈ ਖਬਰ ਵਿਦੇਸ਼ ਦੇ ਵਿੱਚ ਸਿੱਖਾਂ ਦੇ ਖਿਲਾਫ ਹੋਈ ਟਾਰਗੇਟ ਕਿਲਿੰਗ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੁਣਵਾਈ ਦੀ ਦੱਸ ਦਿੰਨੇ ਹਾਂ ਭਾਰਤ ਦੇ ਵਿੱਚ ਪਾਬੰਦੀਸ਼ੁਦਾ ਸਿਕਸ ਵਰ ਜਸਟਿਸ ਤੇ ਮੁਖੀ ਗੁਰਪਤਵੰਨ ਸਿੰਘ ਪੰਨੂ ਖਿਲਾਫ ਸਾਜ ਰਚਣ ਵਾਲੇ ਨikhil ਗੁਪਤਾ ਦੇ ਵਕੀਲ ਨੂੰ ਲਗਾਤਾਰ ਦੋਸਰੇ ਦਿਨ ਵੱਡਾ ਝਟਕਾ ਲੱਗਿਆ ਕਿਉਂਕਿ ਅਮਰੀਕਾ ਦੀ ਸਰਕਾਰ ਨੇ ਤਾਂ ਨikhil ਗੁਪਤਾ ਖਿਲਾਫ ਇਕੱਠੇ ਕੀਤੇ ਗਏ ਸਬੂਤ ਬਚਾਪੱਖ ਨੂੰ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ ਤੇ ਹੁਣ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਵਿਕਟਰ ਮੋਰੇਰੋ ਨੇ ਵੀ ਇਸ ਤੇ ਮੋਹਰ ਲਾ ਦਿੱਤੀ ਹੈ ਕਿ ਨikhil ਗੁਪਤਾ ਦੀ ਪਟੀਸ਼ਨ ਰੱਦ ਹੀ ਕਰਨੀ ਬਣਦੀ ਹੈ

ਕਿਉਂਕਿ ਗੁਪਤਾ ਦੇ ਵਕੀਲ ਨੂੰ ਸਬੂਤ ਨਹੀਂ ਦਿੱਤੇ ਜਾ ਸਕਦੇ ਇਹ ਕਹਿੰਦੇ ਆ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਕਹਿੰਦੇ ਹਾਲੇ ਤੱਕ ਉਸਦੀ سپੁਰਦਗੀ ਚੈੱਕ ਰਿਪਬਲਿਕ ਤੋਂ ਨਹੀਂ ਹੋ ਸਕੀ ਹੈ ਆਪਣੇ ਫੈਸਲੇ ਦੇ ਵਿੱਚ ਜੱਜ ਮੋਰੈਰੋ ਨੇ ਕਿਹਾ ਕਿ ਅਦਾਲਤ ਅਮਰੀਕਾ ਸਰਕਾਰ ਦੀ ਇਸ ਗੱਲ ਦੇ ਨਾਲ ਸੈਵਨਥ ਹੈ ਕਿ ਗੁਪਤਾ ਨੂੰ ਇਸ ਵਕਤ ਸਬੂਤਾਂ ਦਾ ਕੋਈ ਅਧਿਕਾਰ ਨਹੀਂ ਹੈ ਸਬੂਤ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਸਰਕਾਰ ਨੇ ਫੈਡਰਲ ਰੂਲ ਆਫ ਕ੍ਰਿਮੀਨਲ ਪ੍ਰੋਸੀਜਰ 16.1 ਦਾ ਹਵਾਲਾ ਦਿੱਤਾ ਜੋ ਕਹਿੰਦਾ ਕਿ سپੁਰਦਗੀ ਦੇ 14 ਦਿਨ ਬਾਅਦ ਹੀ ਇਸਤੇ ਸਰਕਾਰੀ ਵਕੀਲ ਅਤੇ ਬਚਾਓ ਪੱਖ ਦੇ ਵਿੱਚ ਸਬੂਤਾਂ ਨੂੰ ਲੈ ਕੇ ਬਹਿਸ ਹੋ ਸਕਦੀ ਹੈ ਸਰਕਾਰੀ ਅਦਾਲਤ ਨੂੰ ਪਹੁੰਚਾ ਦਵਾਇਆ ਸੀ ਕਿ ਮੁਲਜ਼ਮ ਦੇ ਪੇਸ਼ ਹੋਣ ਤੋਂ ਬਾਅਦ ਤੁਸੀਂ ਫੌਰਨ ਸਬੂਤ ਲੈ ਸਕਦੇ ਹੋ ਪਰ ਹਾਲ ਦੀ ਘੜੀ ਅਸੀਂ ਨਹੀਂ ਦੇ ਸਕਦੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵਿੱਚ ਨikhil Gupta ਦੇ ਵਕੀਲ ਨੇ ਉਸ ਖਿਲਾਫ ਲਾਏ ਗਏ ਇਲਜ਼ਾਮਾਂ ਦੇ ਸਬੂਤ ਮੰਗੇ ਸਨ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਦੇ ਵਿੱਚ ਮੁੜ ਪੇਸ਼ ਹੋਣ ਲਈ ਨਵੀਂ ਬਣਾਈ ਗਈ ਸਿਟ ਦੇ ਵੱਲੋਂ ਫੇਰ ਸੱਮਨ ਭੇਜੇ ਗਏ 16 ਜਨਵਰੀ ਨੂੰ ਪੇਸ਼ ਹੋਣ ਦੇ ਲਈ ਸੱਦਿਆ ਗਿਆ ਪਰਸੋ ਰਾਤ ਨੂੰ ਸੱਮਨ ਭੇਜ ਦਿੱਤੇ ਗਏ ਸੀ ਪਰ ਹਾਲੇ ਤੱਕ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਕਿ ਉਹ 16 ਜਨਵਰੀ ਨੂੰ ਜਾਣਗੇ ਸੱਟ ਮੂਰੇ ਪੇਸ਼ ਹੋਣਗੇ ਜਾਂ ਫਿਰ ਨਹੀਂ ਹੋਣਗੇ ਪਰ ਇਹ ਸੂਤਰ ਦੱਸਦੇ ਨੇ ਕਿ ਮਜੀਠੀਆ ਨੂੰ ਵਾਰੀ-ਵਾਰੀ ਤਲਬ ਕਰਨ ਕਰਕੇ ਅਕਾਲੀ ਦਲ ਇਲੈਕਸ਼ਨ ਮੋਡ ਦੇ ਵਿੱਚ ਆ ਗਿਆ ਹੈ ਮਜੀਠੀਆ ਦੇ ਪਟਿਆਲਾ ਪਹੁੰਚਣ ਤੇ ਅਕਾਲੀ ਦਲ ਦੀ ਵੱਡੀ ਗਿਣਤੀ ਵਰਕਰ ਵੀ ਪਹੁੰਚ ਸਕਦੇ ਨੇ ਇਸ ਲਈ ਖੁਫੀ ਏਜੰਸੀਆਂ ਨੇ ਹੁਣੇ ਤੋਂ ਕੰਸੂਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੰਨਿਆ ਜਾ ਰਿਹਾ ਹੈ ਕਿ ਮਾਮਲਾ ਭੱਗ ਸਕਦਾ ਹੈ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਮਜੀਠੀਆ ਜਾਣਗੇ ਜਾਂ ਫਿਰ ਨਹੀਂ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੀ ਨਸੀਅਤ ਤੋਂ ਬਾਅਦ ਸੂਬੇ ਦੀ ਕਾਂਗਰਸਲੀ ਲੀਡਰਸ਼ਿਪ ਨੂੰ ਆਖਿਰਕਾਰ ਸੁਖਪਾਲ ਸਿੰਘ ਖੈਰਾ ਦੀ ਯਾਦ ਆਹੀ ਗਈ ਹੈ ਨਾਬਾ ਜੇਲ੍ਹ ਦੇ ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਮੋਹਨ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਇੰਚਾਰਜ ਦਿਵਿੰਦਰ ਯਾਦਵ ਨੇ ਸੁਖਪਾਲ ਖੈਰਾ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੁਖਪਾਲ ਖੈਰਾ ਪੂਰੇ ਜੋਸ਼ ਵਿੱਚ ਹਨ ਉਹਨਾਂ ਨੂੰ ਅਦਾਲਤ ਤੇ ਇਨਸਾਫ ਦਾ ਪੂਰਾ ਭਰੋਸਾ ਹੈ ਅਸੀਂ ਆਵਾਦਵੀ ਪਾਰਟੀ ਦੀ ਬਦਲੇ ਦੀ ਸਿਆਸਤ ਦਾ ਕਹਿੰਦੇ ਵਿਰੋਧ ਕਰਦੇ ਹਾਂ ਤੇ ਸਾਰੇ ਖੈਰਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਇਸੋ ਵਾਲਾ ਨਵਜੋਤ ਸਿੰਘ ਸਿੱਧੂ ਨੇ ਵੀ ਲੰਗੇ ਦਿਨੀ ਕਾਂਗਰਸ ਦੇ ਸੂਬਾ ਇੰਚਾਰਜ ਦਿਵਿੰਦਰ ਯਾਦਵ ਦੇ ਕੋਲ ਸੁਪਾਲ ਖਹਿਰਾ ਨਾਲ ਹੋਈ ਬੇਇਨਸਾਫੀ ਦਾ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਪਾਰਟੀ ਦੇ ਆਗੂਆਂ ਨੇ ਖਹਿਰਾ ਨਾਲ ਮੁਲਾਕਾਤ ਦਾ ਫੈਸਲਾ ਲਿਆ ਸੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖਹਿਰਾ ਦੇ ਮੁੱਦੇ ਤੇ ਕਾਂਗਰਸ ਨੂੰ ਕਿਹਾ ਸੀ ਕਿ ਪਾਰਟੀ ਨੇ ਆਪ ਨਾਲ ਗੱਠ ਜੋੜ ਕਰਨ ਲਈ ਖਹਿਰਾ ਦੀ ਬਲੀ ਦੇ ਦਿੱਤੀ ਐਸੇ ਲਈ ਜਦੋਂ ਮਾਨ ਸਰਕਾਰ ਨੇ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਖਹਿਰਾ ਨੂੰ ਇੱਕ ਹੋਰ ਫਰਜ਼ੀ ਕੇਸ ਵਿੱਚ ਬਚਾਇਆ ਤਾਂ ਕਾਂਗਰਸ ਦਾ ਕੋਈ ਆਗੂ ਨਹੀਂ ਬੋਲਿਆ ਕਿਸੇ ਨੇ ਪ੍ਰਦਰਸ਼ਨ ਤੱਕ ਕੀਤਾ ਕਿਉਂਕਿ ਜਾਣਦੇ ਨੇ ਕਿ ਜੇ ਖੈਰਾ ਜੇਲ੍ਹ ਚੋਂ ਬਾਹਰ ਆ ਗਏ ਤਾਂ ਉਹ ਮਾਨ ਸਰਕਾਰ ਖਿਲਾਫ ਬੋਲਣਗੇ ਹਾਲਾਂਕਿ ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ ਨੇ ਜਾਖੜ ਨੂੰ ਜਵਾਬ ਦਿੰਦੇ ਹੋਏ ਜ਼ਰੂਰ ਕਿਹਾ ਸੀ ਕਿ ਉਹ ਆਪਣੀ ਪਾਰਟੀ ਨੂੰ ਸਾਹਮਣ ਲੈਣ ਕਾਂਗਰਸ ਦੇ ਪਿੱਠੇ 'ਚੋਂ ਛੁਰਾ ਮਾਰ ਕੇ ਗਏ ਨੇ ਸਾਡੀ ਪਾਰਟੀ ਖੈਰਾ ਦੇ ਨਾਲ ਹੀ ਖੜੀ ਹੈ ਤੁਸੀਂ ਚਿੰਤਾ ਨਾ ਕਰੋ 4 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਵਿੱਚ 2015 ਦੇ ਡਰੱਗ ਮਾਮਲੇ ਵਿੱਚ ਪੰਜਾਬ ਰਿਆਣਾ ਹਾਈ ਕੋਰਟ ਤੋਂ ਸੁਖਪਾਲ ਖੈਰਾ ਨੂੰ ਜਿਵੇਂ ਹੀ ਜ਼ਮਾਨਤ ਮਿਲੀ ਉਸੇ ਵਕਤ ਹੀ ਕਪੂਰਥਲਾ ਦੇ ਸੁਭਾਨਪੁਰ ਥਾਣੇ ਦੇ ਵਿੱਚ ਇੱਕ ਨਵਾਂ ਕੇਸ ਖੈਰਾ ਖਿਲਾਫ ਦਰਜ ਕਰ ਦਿੱਤਾ ਗਿਆ ਗਵਾਹਾਂ ਨੂੰ ਧਮਕਾਉਣ ਦਾ ਕੇਸ ਤੇ ਉਸ ਕੇਸ ਨੂੰ ਲੈ ਕੇ ਸੁਣਵਾਈ ਵੀ ਲਗਾਤਾਰ ਚੱਲ ਰਹੀ ਹੈ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਚੱਲ ਰਹੀ ਹੈ ਤੇ ਖੈਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਰੱਦ ਕਰਨ ਦੇ ਲਈ ਪਟੀਸ਼ਨ ਵੀ ਦਾਖਲ ਕੀਤੀ ਹੈ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਤੇਜ਼ ਤਰਾਰ ਬਿਆਨਾਂ ਨਾਲ ਜਿੱਥੇ ਪਾਰਟੀ ਦੇ ਵਿੱਚ ਆਪਣੀ ਹੀ ਵਿਰੋਧੀਆਂ ਨੂੰ ਘੇਰ ਰਹੇ ਨੇ ਤੇ ਹੁਣ ਉਹਨਾਂ ਨੇ ਮਾਨ ਸਰਕਾਰ ਖਿਲਾਫ ਵੀ ਮੋਰਚਾ ਖੋਲ ਦਿੱਤਾ ਹੈ ਸਿੱਧੂ ਸੂਬੇ ਵਿੱਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਐਨਜੀਟੀ ਪਹੁੰਚ ਗਏ ਨੇ ਸਿੱਧੂ ਨੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਹੈ ਐਨਜੀਟੀ ਵਿੱਚ ਦਲੀਲ ਰੱਖੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਸ਼ਾਮਲ ਅਧਿਕਾਰੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ ਗੈਰ ਕਾਨੂੰਨੀ ਮਾਈਨਿੰਗ ਨੂੰ ਪਹਿਲ ਦੇ ਆਧਾਰ ਤੇ ਰੋਕਿਆ ਜਾਵੇ ਐਨਜੀਟੀ ਨੇ ਮਾਮਲੇ ਦੀ ਸੁਣਵਾਈ ਆਉਣ ਦੇ ਸੋਮਵਾਰ ਨੂੰ 15 ਜਨਵਰੀ ਨੂੰ ਰੱਖੀ ਹੈ ਸਿੱਧੂ ਨੇ ਐਨਜੀਟੀ ਵਿੱਚ ਪਾਈ ਪਟੀਸ਼ਨ ਵਿੱਚ ਰੂਪਨਗਰ ਛੋ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਹਵਾਲਾ ਦਿੱਤਾ ਹੈ ਜਿਸ ਖਿਲਾਫ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਪਿਛਲੇ ਸਮੇਂ 'ਚ ਘੇਰਿਆ ਸੀ 31 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਮਰਹੂਮ ਗੁਰੂ ਦੇਵ ਸਿੰਘ ਕੌਕੇ ਦੇ ਝੂਠੇ ਇਨਕਾਊਂਟਰ ਮਾਮਲੇ ਦੇ ਵਿੱਚ ਚੁੱਪ ਰਹਿਣ ਵਾਲੇ ਸਿੱਖ ਲੀਡਰ ਹੁਣ ਜਥੇਦਾਰ ਕੌਕੇ ਨੂੰ ਹਥਿਆਰ ਬਣਾ ਕੇ ਇੱਕ ਦੂਸਰੇ ਖਿਲਾਫ ਸਿਆਸੀ ਵਾਰ ਕਰ ਰਹੇ ਨੇ ਕੇਂਦਰ ਅਧੀਨ ਘਟ ਗਿਣਤੀ ਕਮਿਸ਼ਨ ਨੇ ਵੀ ਹੁਣ ਜਥੇਦਾਰ ਕੌਕੇ ਮਾਮਲੇ ਵਿੱਚ ਦਖਲ ਦਿੱਤਾ ਹੈ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਤੋਂ 20 ਜਨਵਰੀ ਤੱਕ ਰਿਪੋਰਟ ਮੰਗ ਲਈ ਹੈ ਇਸ ਕੇਸ ਨੂੰ ਲੈ ਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਾਲ ਸਿੰਘ ਨੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ 1900 97 ਦੇ ਵਿੱਚ ਜੱਥੇਦਾਰ ਕਾਉਂਕੇ ਇਨਕਾਊਂਟਰ ਮਾਮਲੇ ਵਿੱਚ ਜਾਂਚ ਹੋਈ ਸੀ ਰਿਪੋਰਟ 198 ਵਿੱਚ ਸੌਂਪੀ ਗਈ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਜਿਸ ਤੇ ਹੁਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਸੁਪਰੀਮ ਕੋਰਟ ਤੋਂ ਮਾਈਨਿੰਗ ਮਾਮਲੇ ਦੇ ਵਿੱਚ ਸ਼੍ਰੋਮਣੀ ਕਾਲੇਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਮਿਲੀ ਹੈ ਨਾਲ ਹੀ ਅਦਾਲਤ ਨੇ ਮਾਨ ਸਰਕਾਰ ਤੇ ਵੀ ਸਵਾਲ ਚੁੱਕੇ ਹਨ ਦਰਅਸਲ ਇਹ ਮਾਈਨਿੰਗ ਕੰਪਨੀ ਵੱਲੋਂ ਜੂਨ 2021 ਦੇ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਹਮਾਇਤਿਆਂ ਵੱਲੋਂ ਮਾਈਨਿੰਗ ਸਾਈਟ ਤੇ ਰੁਕਾਵਟ ਪਾਈ ਗਈ ਨਾਲ ਹੀ ਕਰੋਨਾ ਮਹਾਮਾਰੀ ਦੌਰਾਨ ਉਹਨਾਂ ਨੇ ਮਾਸਕ ਵੀ ਨਹੀਂ ਪਹਿਨਿਆ ਹੋਇਆ ਸੀ ਯਾਨੀ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਸੀ ਜਿਸ ਵਿੱਚ ਪਹਿਲਾਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਸੁਖਬੀਰ ਬਾਦਲ ਨੂੰ ਰਾਹਤ ਦੇ ਚੁੱਕੀ ਸੀ ਪਰ ਹਾਈ ਕੋਰਟ ਦੇ ਫੈਸਲੇ ਖਿਲਾਫ ਮਾਨ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਗਈ ਸੀ ਸੁਪਰੀਮ ਅਦਾਲਤ ਨੇ ਕਿਹਾ ਕਿ ਅਸੀਂ ਹੈਰਾਨ ਆ ਕਿ ਜਦੋਂ ਹਾਈ ਕੋਰਟ ਨੇ ਆਪਣੇ ਵਿਸਥਾਰ ਨਾਲ ਦਿੱਤੇ ਆਦੇਸ਼ ਵਿੱਚ ਸਾਰੀ ਗੱਲ ਕਹਿ ਦਿੱਤੀ ਫਿਰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਚ ਅਪੀਲ ਕਿਉਂ ਕੀਤੀ ਗਈ ਪੰਜਾਬ ਸਰਕਾਰ ਦੇ ਕੋਲ ਕੀ ਇੰਨਾ ਫालतू ਸਮਾਂ ਹੈ ਤੇ ਇੰਨੇ ਫालतू ਪੈਸੇ ਨੇ ਕਿ ਹਾਈ ਕੋਰਟ ਦੇ ਫੈਸਲੇ ਨੂੰ ਪਲਟਾਉਣ ਦੇ ਲਈ ਤੁਸੀਂ ਸੁਪਰੀਮ ਕੋਰਟ 'ਚ ਪਹੁੰਚ ਗਏ ਇਹ ਕਹਿੰਦੇ ਕੋਈ ਅਜਿਹਾ ਵੱਡਾ ਮਾਮਲਾ ਵੀ ਨਹੀਂ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਆਉਣਾ ਚਾਹੀਦਾ ਸੀ ਜ਼ਾਹਿਰ ਤੌਰ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਸੁਖਬੀਰ ਬਾਦਲ ਦੇ ਖਿਲਾਫ ਹਾਈ ਕੋਰਟ ਰੱਦ ਹੋਏ ਫੈਸਲੇ ਨੂੰ ਪਲਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਈ ਸ਼ਾਇਦ ਇਸੇ ਕਰਕੇ ਸਿਆਸਤਦਾਨਾਂ ਦੀ ਇਸ ਰਾਜਨੀਤੀ ਨੂੰ ਘਟਿਆ ਪੱਧਰ ਦੀ ਰਾਜਨੀਤੀ ਕਿਹਾ ਜਾਂਦਾ ਤੇ ਇਕੱਲੀ ਆਮ ਆਦਮੀ ਪਾਰਟੀ ਨਹੀਂ ਕਰਦੀ ਇਹ ਵੀ ਸਾਰੇ ਇਹੀ ਕੁਸ਼ ਕਰਦੇ ਰਹੇ ਨੇ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਸਰਕਾਰ ਹੋਵੇ 18 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਸਰਗਰਮ ਹੋ ਗਈ ਹੈ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਕੌਂਸਲਰ ਲਖਪੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਹੋਰ ਕੌਂਸਲਰਾਂ ਦੇ ਵੀ ਪਾਲਾ ਬਦਲਣ ਦਾ ਖਤਰਾ ਲੱਗ ਰਿਹਾ ਹੈ ਇਸੇ ਲਈ 12 ਕੌਂਸਲਰਾਂ ਨੂੰ ਰੂਪਨਗਰ ਦੇ ਇੱਕ ਰਿਜ਼ੋਰਟ ਦੇ ਵਿੱਚ ਕਹਿੰਦੇ ਭੇਜ ਦਿੱਤਾ ਗਿਆ ਇਸ ਵਾਰ ਮੇਅਰ ਰਿਜ਼ਰਵ ਕੈਟਾਗਰੀ ਦਾ ਹੋਵੇਗਾ ਭਾਜਪਾ ਕੋਲ ਪਹਿਲਾਂ ਮਨੋਜ ਸੋਨਕਰ ਸੀ ਪਰ ਹੁਣ ਰਿਜ਼ਰਵ ਕੈਟਾਗਰੀ ਤੋਂ ਬਿੱਲੂ ਵੀ ਹਨ ਜਿਹੜੇ ਹੁਣੇ ਆਮ ਆਦਮੀ ਤੋਂ ਆਏ ਨੇ ਆਮ ਆਦਮੀ ਪਾਰਟੀ ਵਿੱਚ ਅਨੁਸੂਚਿਤ ਜਾਤੀ ਦੇ ਕੁਲਦੀਪ ਟੀਟਾ ਨੇ ਹਾਤੇ ਪੂਨਮ ਤਿੰਨ ਕੌਂਸਲਰ ਨੇ ਕਾਂਗਰਸ ਦੀ ਜਸਵੀਰ ਸਿੰਘ ਵੰਟੀ ਅਤੇ ਨਿਰਮਲਾ ਦੇਵੀ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਨੇ ਜੇ ਇੰਡੀਆ ਗੱਠਜੋੜ ਤਹਿਤਾ ਆਪ ਦੇ ਕਾਂਗਰਸ ਮਿਲ ਜਾਂਦੇ ਨੇ ਤਾਂ ਆਮ ਆਦਮੀ ਪਾਰਟੀ ਦੇ 12 ਕਾਂਗਰਸ ਦੇ 6 ਇਹ ਕਾਉਂਸਲਰ ਮਿਲ ਕੇ 18 ਹੋ ਜਾਣਗੇ ਤਾਂ ਚੰਡੀਗੜ੍ਹ ਨਗਰ ਨਿਗਮ ਤੇ ਫਿਰ ਆਪ ਤੇ ਕਾਂਗਰਸ ਦਾ ਕਬਜ਼ਾ ਹੋ ਜਾਊਗਾ ਮੇਅਰ ਦੀ ਕੁਰਸੀ ਆਪ ਨੂੰ ਮਿਲ ਸਕਦੀ ਹੈ ਜਦਕਿ ਡਿਪਟੀ ਮੇਅਰ ਦੀ ਕੁਰਸੀ ਕਾਂਗਰਸ ਦੇ ਖਾਤੇ ਵਿੱਚ ਜਾ ਸਕਦੀ ਹੈ ਪੰਜਾਬ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠਜੋੜ ਦਾ ਇਹ ਪਹਿਲਾ ਟੈਸਟ ਵੀ ਹੋ ਸਕਦਾ ਹੈ ਇਸ ਵਕਤ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪਾ ਦੇ 15 ਕਾਉਂਸਲਰ ਨੇ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚੋਂ ਦੋ ਕਾਉਂਸਲਰ ਤਾਂ ਆਮ ਆਦਮੀ ਪਾਰਟੀ ਵੱਲੋਂ ਹੀ ਆਏ ਹਨ ਆਪ ਦੇ 12 ਤੇ ਕਾਂਗਰਸ ਦੇ 6 ਕੌਂਸਲਰ ਨੇ ਇੱਕ ਕੌਂਸਲਰ ਅਕਾਲੀ ਦਲ ਦਾ ਵੀ ਹੈ ਚਰਚਾ ਹੈ ਕਿ ਬੀਜੇਪੀ ਦਾ ਇੱਕ ਕੌਂਸਲਰ ਆਊਟ ਆਫ ਰੀਚ ਜਾ ਰਿਹਾ ਹੈ ਯਾਨੀ ਕਿ ਕਿਸੇ ਦੀ ਪਹੁੰਚ ਦੇ ਵਿੱਚ ਨਹੀਂ ਹੈ ਫੋਨ ਬੰਦ ਆ ਰਿਹਾ ਹੈ ਪਾਰਟੀ ਆਗੂ ਨਾਲ ਸੰਪਰਕ ਨਹੀਂ ਹੋ ਰਿਹਾ ਪਤਾ ਲੱਗ ਰਿਹਾ ਹੈ ਸੂਤਰ ਦੱਸਦੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਹੈ ਜੇ ਇਹ ਜਾਂਦਾ ਤਾਂ ਆਮ ਆਦਮੀ ਪਾਰਟੀ ਕੋਲ 13 ਕਾਂਗਰਸ ਕੋਲ 6 ਤੇ ਫਿਰ ਕੁੱਲ 19 ਹੋ ਜਾਣਗੇ ਬੀਜੇਪੀ ਬਹੁਤ ਪਿੱਛੇ ਰਹਿ ਜਾਏਗੀ ਸੋ ਅਜਿਹੇ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੇ ਕੌਂਸਲਰ ਦੀ ਚੋਣ ਹੈਗੀ ਹੈ ਮੇਅਰ ਦੀ ਚੋਣ ਦਿਲਚਸਪ ਹੋ ਸਕਦੀ ਹੈ ਹਾਲਾਂਕਿ ਭਾਜਪਾ ਹਾਲੇ ਵੀ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਉਹਨਾਂ ਦਾ ਹੀ ਮੇਅਰ ਹੋਵੇਗਾ 2022 ਦੇ ਵਿੱਚ ਆਪ ਨੂੰ ਭਾਜਪਾ ਦੇ ਮੁਕਾਬਲੇ ਇੱਕ ਵੱਧ 14 ਸੀਟਾਂ ਮਿਲੀਆਂ ਸਨ ਬੀਜੇਪੀ ਕੋਲ 13 ਸਨ ਆਮ ਆਦਮੀ ਪਾਰਟੀ ਕੋਲ 14 ਸਨ ਪਰ ਐਮਪੀ ਅਤੇ ਆਪ ਦੇ ਇੱਕ ਕਾਉਂਸਲਰ ਦੇ ਵੱਲੋਂ ਪਾਲਾ ਬਦਲਣ ਦੀ ਵਜ੍ਹਾ ਕਰਕੇ ਬੀਜੇਪੀ ਦਾ ਮੇਅਰ ਬਣ ਗਿਆ ਸੀ ਹੁਣ ਗੱਲ ਪੰਜਾਬ ਦੇ ਨਰਮਾ ਕਿਸਾਨਾਂ ਦੀ ਕਰਾਂਗੇ ਜਿਨ੍ਹਾਂ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਸਰਕਾਰੀ ਭਾਅ ਤੋਂ ਹੇਠਾਂ ਵੇਚਣ ਕਰਕੇ ਨਰਮੇ ਵਾਲੇ ਕਿਸਾਨਾਂ ਨੂੰ 100 ਕਰੋੜ ਦਾ ਰਗੜਾ ਲੱਗਿਆ ਹੈ ਇਸ ਦਾ ਖੁਲਾਸਾ ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਤੋਂ ਹੋਇਆ ਜਿਸ ਮੁਤਾਬਿਕ ਹੁਣ ਤੱਕ ਪੰਜਾਬ ਦੇ ਵਿੱਚ 254000 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਵੀ ਹੇਠਾਂ ਰੇਟ ਤੇ ਵਿਕ ਚੁੱਕਿਆ ਜਿਸ ਕਰਕੇ ਕਿਸਾਨਾਂ ਨੂੰ ਇੰਨਾ ਵੱਡਾ ਰਗੜਾ ਲੱਗਿਆ ਹੈ ਪੰਜਾਬ ਚ ਇਸ ਵਾਰ ਨਰਮੇ ਹੇਠਲਾ ਰਕਬਾ ਘਟ ਕੇ ਸਿਰਫ 173000 ਹੈਕਟੇਅਰ ਰਹਿ ਗਿਆ ਜਦਕਿ ਪੰਜਾਬ ਸਰਕਾਰ ਖੇਤੀ ਵਿਭੰਨਤਾ ਦੇ ਦਾਅਵੇ ਵੀ ਕਰ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਪਲਾਨ ਤਿਆਰ ਕੀਤਾ ਹੈ ਪੰਜਾਬ ਪੁਲਿਸ ਹੁਣ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਵੀ ਆਪਣਾ ਨੈਟਵਰਕ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੈ ਹਾਲਾਂਕਿ ਪਿੰਡ ਪਿੰਡ ਦੇ ਵਿੱਚ ਨਸ਼ਾ ਇੰਨਾ ਕੁ ਵੱਧ ਚੁੱਕਿਆ ਹੈ ਕਿ ਤੁਹਾਡੇ ਤੋਂ ਇਹ ਗੱਲ ਕੋਈ ਲੁਕੀ ਨਹੀਂ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਨਸ਼ਾ ਤਸਕਰੀ ਤੇ ਅਪਰਾਧੀਆਂ ਤੇ ਨਜ਼ਰ ਰੱਖਣ ਲਈ ਪਿੰਡਾਂ ਚ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਨੇ ਪੰਜਾਬ ਪੁਲਿਸ ਵੱਲੇ ਪੜਾ ਦੇ ਵਿੱਚ ਫਿਰੋਜ਼ਪੁਰ ਤਰਨਤਾਰਨ ਤੇ ਅੰਮ੍ਰਿਤਸਰ ਦੇ ਪਿੰਡਾਂ ਦੇ ਵਿੱਚ 575 ਥਾਵਾਂ ਤੇ ਕੈਮਰੇ ਲਾਏ ਗਏ ਹਾਲਾਂਕਿ ਪਿੰਡ ਰੱਖਿਆ ਕਮੇਟੀਆਂ ਪਹਿਲਾਂ ਹੀ ਕੰਮ ਕਰ ਰਹੀਆਂ ਨੇ ਸੂਬੇ ਦੇ 6 ਜ਼ਿਲ੍ਹੇ ਸਿੱਧਾ ਪਾਕਿਸਤਾਨ ਨਾਲ ਲੱਗਦੇ ਨੇ 560 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਜੋ ਕਿ ਸਮੇਂ ਵਿੱਚ ਇਹਨਾਂ ਇਲਾਕਿਆਂ ਵਿੱਚ ਨਸ਼ਾ ਤਸਕਰੀ ਤੋਂ ਲੈ ਕੇ ਅਪਰਾਧਿਕ ਗਤੀਵਿਧੀਆਂ ਤੱਕ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ ਗੈਂਗਸਟਰਾਂ ਖਿਲਾਫ ਚੱਲ ਰਹੀ ਆਪਰੇਸ਼ਨ ਦੀ ਗੱਲ ਕਰ ਲਈਏ ਤਾਂ ਏਜੀਟੀਐਫ ਪੰਜਾਬ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਦਰਅਸਲ ਏਜੰਸੀਆਂ ਨੇ ਕੈਲਾਸ਼ ਖੇਚਨ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਪਾਕਿਸਤਾਨ ਆਧਾਰਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਤੇ ਅਮਰੀਕਾ ਆਧਾਰਿਤ ਹਰਪੀਤ ਸਿੰਘ ਹੈਪੀ ਦਾ ਮੁੱਖ ਸੰਚਾਲਕ ਕਿਹਾ ਗਿਆ ਹੈ ਖਿੱਚਣ ਤੋਂ ਇੱਕ ਚੀਨੀ ਪਿਸਤੌਲ ਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਖਿੱਚਦਾ ਅਪਰਾਧਿਕ ਪਿਛੋਕੜ ਹੈ ਉਸ ਦੇ ਖਿਲਾਫ ਰਾਜਸਥਾਨ ਤੇ ਪੰਜਾਬ ਦੇ ਵਿੱਚ ਜ਼ਬਰਦਸਤੀ ਐਂਡੀਪੀਐਸ ਆਰਮਜ਼ ਐਕਟ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਨੇ ਮੁਲਜ਼ਮ ਤੇ ਸਤੰਬਰ ਨੂੰ ਫਾਜ਼ਿਲਕਾ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀ ਰੋਕੂ ਐਕਟ ਦੇ ਵਿੱਚ ਵੀ ਲੋੜਿੰਦਾ ਸੀ 1530 ਕਰੋੜ ਦੇ ਧੋਖਾਧੜੀ ਮਾਮਲੇ ਦੇ ਵਿੱਚ ਈਡੀ ਨੇ ਪੰਜਾਬ ਟੀਮ ਨੇ ਲੁਧਿਆਣਾ ਦੇ ਐਸਸੀਐਲ ਟੈਕਸਟਾਈਲ ਕੰਪਨੀ ਤੇ ਛਾਪੇ ਮਾਰੇ ਅੱਜ ਤੜਕੇ ਤੋਂ ਸ਼ੁਰੂ ਹੋਈ ਈਡੀ ਦੀ ਰੇਡ ਵਿੱਚ 13 ਥਾਵਾਂ ਤੇ ਛਾਪੇ ਮਾਰੇ ਗਏ ਈਡੀ ਦੇ ਅਧਿਕਾਰੀਆਂ ਦੇ ਨਾਲ ਨੀਮ ਫੌਜੀ ਦਸਤੇ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੀ ਮੌਜੂਦ ਸਨ ਕਿਹਾ ਜਾ ਰਿਹਾ ਹੈ ਕਿ ਸੀਬੀਏ ਵੱਲੋਂ ਕੰਪਨੀ ਖਿਲਾਫ ਬੈਂਕ ਤੋਂ ਖਤੜੀ ਦੇ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ ਸੈਂਟਰਲ ਬੈਂਕ ਆਫ ਇੰਡੀਆ ਦੇ ਸ਼ਿਕਾਇਤੀ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਕੰਪਨੀ ਨੇ ਬੈਂਕ ਨਾਲ 1530 ਕਰੋੜ ਦਾ ਘੁਟਾਲਾ ਕੀਤਾ 2023 ਵਿੱਚ ਈਡੀ ਨੇ 828 ਉਹਦੀ ਜਾਇਦਾਦ ਅਟੈਚ ਕੀਤੀ ਸੀ ਲੁਧਿਆਣਾ ਸ੍ਰੀ ਮੁਕਸਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ हिसार अलवर ਦੇ ਵਿੱਚ ਵੀ ਜਾਇਦਾਦ ਤੇ ਮਸ਼ੀਨਾ ਅਟੈਚ ਕੀਤੀਆਂ ਗਈਆਂ ਜਲੰਧਰ ਦੇ ਵਿੱਚ ਇੱਕ ਪੁਲਿਸ ਚੌਕੀ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਏਐਸਆਈ ਨੂੰ ਹੀ ਟੱਕਰ ਮਾਰ ਦਿੱਤੀ। ਸ਼ਾਕਰੋਡ ਵਿੱਚ ਕਾਰ ਏਐਸਆਈ ਨੂੰ ਆਪਣੇ ਨਾਲ ਕਢੀਸ ਦੀ ਹੋਈ ਲੈ ਕੇ ਚੱਲੇਗੀ। ਕੁਝ ਦੂਰੀ ਤੇ ਏਐਸਆਈ surjeet ਡਵਾਈਡਰ ਤੇ ਡਿੱਗੇ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਕਾਰ ਵੀ ਥੋੜੀ ਦੂਰ ਜਾ ਕੇ ਰੁਕ ਗਈ ਸੀ। ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸਾਥੀ ਪੁਲਿਸ ਮੁਲਾਜ਼ਮਾ ਨੇ ਏਐਸਆਈ surjeet singh ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਾਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਦੇ ਵਿੱਚ ਕਾਰ ਏਐਸਆਈ ਨੂੰ ਧੱਕਾ ਮਾਰ ਕੇ ਕਢ ਦੀ ਲਜਾਂਦੀ ਦਿਖਾਈ ਦੇ ਰਹੀ ਹੈ ਪਤਾ ਲੱਗੇ ਕਿ ਐਸਆਈ ਸੁਜੀਤ ਸਿੰਘ ਬਾਜਵਾ ਕਲਾ ਜਲੰਧਰ ਦਿਹਾਤ ਕੋਲ ਇਸ ਵਿੱਚ ਤਾਇਨਾਤ ਹੈ ਕੱਲ ਸ਼ਾਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾ ਪਤਨ ਦੇ ਵਿੱਚ ਹਾਈ ਟੈਕ ਚੌਂਕੀ ਤੇ ਉਹਨਾਂ ਦੀ ਡਿਊਟੀ ਲਾਈ ਗਈ ਦੁਪਹਿਰੇ ਚੌਂਕੀ ਤੇ ਐਸਆਈ ਨੇ ਚਿੱਟੇ ਰੰਗ ਦੀ ਜੈਨ ਕਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਰੋਕਣ ਦੀ ਬਜਾਏ ਕਾਰ ਚਾਲਕ ਕਾਰ ਨੂੰ ਭਜਾ ਕੇ ਲੈ ਗਿਆ ਤੇ ਨਾਲ ਹੀ ਐਸਆਈ ਦੇ ਵੀ ਪ੍ਰਵਾਹ ਨਹੀਂ ਕੀਤੀ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਮਾਡਲ ਦਿਵਿਆ ਪਹੂਜਾ ਕਾਂਡ ਦੇ ਵਿੱਚ ਅਪਰਾਧ ਸ਼ਾਖਾ ਨੂੰ ਵੱਡੀ ਸਫਲਤਾ ਮਿਲੀ ਹੈ 10 ਦਿਨ ਪਹਿਲਾਂ ਵੀ BMW ਕਾਰ ਦੇ ਵਿੱਚ ਦਿਵਿਆ ਦੀ ਦੇਹ ਲੈ ਕੇ ਭੱਜਣ ਵਾਲੇ ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਫੜ ਲਿਆ ਗਿਆ ਉਸਤੇ 50000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਇੱਕ ਦਿਨ ਪਹਿਲਾਂ ਗੁਰੂਗਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦਰਮਿਆਨ ਲੁਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਸੀ ਮੋਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ ਇਸ ਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਭਜੀਤ ਸਿੰਘ ਦਾ ਦੋਸਤ ਹੈ ਗੁਰੂਗ੍ਰਾਮ ਦੇ ACP ਕ੍ਰਾਈਮ ਵਰुण दਈਆ ਨੇ ਦੱਸਿਆ ਕਿ ਬਲਰਾਜ ਗਿੱਲ ਨੂੰ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਹਾਲਾਂਕਿ 10 ਦਿਨ ਬਾਅਦ ਵੀ ਪੁਲਿਸ ਦਿਵਿਆ ਪਹੂਜਾ ਦੀ ਦੇਹ ਨੂੰ ਨਹੀਂ ਲੱਭ ਸਕੇ ਬਲਰਾਜ ਦੇ ਨਾਲ ਦੇ ਲੈ ਕੇ ਫਰਾਰ ਹੋਣ ਵਾਲਾ ਦੂਸਰਾ ਮੁਲਜ਼ਮ ਰਵੀ ਬੰਗਾ ਹਾਲੇ ਤੱਕ ਫਰਾਰ ਹੈ ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਹਾਈ ਕੋਰਟ ਦੇ ਪਹਿਲੇ ਸਿੱਖ ਜੱਜ ਪ੍ਰਦੀਪ ਸਿੰਘ ਟਿਵਾਣਾ ਅੱਜ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰ ਉਸ ਸਹਾਇਕ ਸੂਚਨਾ ਅਧਿਕਾਰੀ ਰਣਧੀਰ ਸਿੰਘ ਦੇ ਵੱਲੋਂ ਉਹਨਾਂ ਨੂੰ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਜੋਸ਼ੀ ਨੇ ਅੱਜ ਕਿਹਾ ਕਿ 17ਵੀਂ ਲੋਕ ਸਭਾ ਦਾ ਆਖਰੀ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 9 ਫਰਵਰੀ ਤੱਕ ਚੱਲੇਗਾ ਅੰਤ੍ਰ임 ਕੇਂਦਰੀ ਬਜਟ ਪੇਸ਼ ਕੀਤਾ ਜਾਊਗਾ ਨਵੀਂ ਸਰਕਾਰ ਜਿਹੜੀ ਅਪ੍ਰੈਲ ਤੋਂ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੋਚ ਚੁੱਕੇਗੀ ਉਹ ਬਾਅਦ ਵਿੱਚ ਪੂਰਾ ਬਜਟ ਪੇਸ਼ ਕਰੇਗੀ 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਇਸ ਲਈ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਹੋਵੇਗਾ 202 ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ 11 April ਤੋਂ 19 ਮਈ ਦੇ ਵਿਚਾਲੇ 7 ਪੜਾਵਾਂ ਦੇ ਵਿੱਚ VOTING ਹੋਈ ਸੀ DRDO ਨੇ ਅੱਜ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਆਕਾਸ਼ ਐਂਜੀ ਦਾ ਸਫਲ ਪਰਖਣ ਕੀਤਾ ਹੈ ਸੁਪਰੀਮ ਕੋਰਟ ਨੇ ਭਾਰਤ ਦੇ ਚੋਣ ਕਮਿਸ਼ਨਰ ਅਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਨਾਲ ਜੁੜੇ ਕਾਨੂੰਨ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਨਵੇਂ ਕਾਨੂੰਨ ਦੇ ਮੁਤਾਬਿਕ ਭਾਰਤ ਦੇ ਚੀਫ ਜਸਟਿਸ ਹੁਣ ਆਪਣੀ ਨਿਯੁਕਤੀ ਲਈ ਤੈਅ ਕੀਤੇ ਪੈਨਲ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਰਾਜੌਰੀ ਦੇ ਵਿੱਚ ਕਥਿਤ ਫੌਜ ਦੇ ਤਸ਼ੱਦਦ ਕਾਰਨ ਤਿੰਨ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿੱਚ ਪਹਿਲੀ ਵਾਰੀ ਪ੍ਰਤੀਕਿਰਿਆ ਦਿੱਤੀ ਕੱਲ ਆਰਮੀ ਡੇ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਆਯੋਜਿਤ ਸਾਲਾਨਾ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਕਿਹਾ ਕਿ ਫੌਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਘਟਾਵਾ ਨੂੰ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਫੌਜ ਦੀ ਤੈਨਾਤੀ ਤੈਨਾਤੀ ਵਧਾ ਦਿੱਤੀ ਗਈ ਹੈ ਖੁਫੀਆ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਅਯੁੱਧਿਆ ਦੇ ਵਿੱਚ 22 ਜਨਵਰੀ ਨੂੰ ਹੋਣ ਵਾਲਾ ਰਾਮ ਮੰਦਰ ਸਮਾਗਮ ਧਾਰਮਿਕ ਨਹੀਂ ਬਲਕਿ ਪੂਰੀ ਤਰ੍ਹਾਂ ਨਾਲ ਸਿਆਸੀ ਹੈ ਕਿਉਂਕਿ ਰੀਤੀ ਰਿਵਾਜ ਤੇ ਚਾਰ ਪੀਠਾਂ ਦੇ ਸ਼ੰਕਰਾਚਾਰੀਆਂ ਦੀ ਨਿਗਰਾਨੀ ਦੇ ਵਿੱਚ ਨਹੀਂ ਹੋ ਰਿਹਾ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਬੀਜੇਪੀ ਤੇ ਮੋੜਵਾ ਵਾਰ ਕਰਦੇ ਹੋਏ ਇਹ ਵੀ ਕਿਹਾ ਕਿ ਭਗਵਾਨ ਰਾਮ ਦੇ ਦਰਸ਼ਨਾਂ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਸ਼ੇਸ਼ ਰਸਮ ਦਾ ਐਲਾਨ ਕੀਤਾ ਜੋ ਅੱਜ ਤੋਂ ਲੈ ਕੇ 11 ਦਿਨਾਂ ਤੱਕ ਚੱਲਦੀ ਰਹੇਗੀ ਰਾਮ ਮੰਦਰ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਖਾਸ ਸੁਨੇਹਾ ਵੀ ਦਿੱਤਾ ਕਿ ਅਯੁੱਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਸਿਰਫ 11 ਦਿਨ ਬਾਕੀ ਨੇ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਵੀ ਇਸ ਪਵਿੱਤਰ ਮੌਕੇ ਦਾ ਗਵਾਹ ਹੋਵਾਂਗਾ ਪਰਮਾਤਮਾ ਨੇ ਮੈਨੂੰ ਪ੍ਰਾਣ ਪ੍ਰਤੀਸ਼ਟਾ ਦੌਰਾਨ ਭਾਰਤ ਦੇ ਸਾਰੇ ਨਾਗਰਿਕਾਂ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਅੱਜ ਤੋਂ 11 ਦਿਨਾਂ ਵਿਸ਼ੇਸ਼ ਅੰਸ਼ਠਾਨ ਦੀ ਸ਼ੁਰੂਆਤ ਕਰ ਰਿਹਾ। ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਦੀ ਪ੍ਰਸਤਾਵਿਤ ਭਾਰਤ ਜੋੜੋ ਨਿਆਂ ਯਾਤਰਾ ਨੂੰ ਭਾਰਤ ਤੋੜੋ ਨਿਆਂ ਯਾਤਰਾ ਕਰਾਰ ਦਿੱਤਾ ਤੇ ਦੇਸ਼ ਨੂੰ ਇਕਜੁੱਟ ਕਰਨ ਦੇ ਵਿੱਚ ਕਾਂਗਰਸ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ। ਨੱਡਾ ਨੇ ਇਥੇ ਸੂਬਾ ਕਾਰਜਕਾਰੀ ਦੀ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਆਪਣੀ ਫੁੱਟਪਾਉ ਤੇ ਰਾਜ ਕਰੋ ਦੀ ਸਿਆਸਤ ਲਈ ਜਾਣੀ ਜਾਂਦੀ ਹੈ ਤੇ ਉਸਨੇ ਦੇਸ਼ ਨੂੰ ਸਦਾ ਵੰਡਣ ਦੇ ਲਈ ਹੀ ਸਭ ਕੁਝ ਕੀਤਾ ਤੇ ਹੁਣ ਆਪਣੀਆਂ ਗਲਤੀਆਂ ਲੁਕਾਉਣ ਦੇ ਲਈ ਉਹ ਯਾਤਰਾਵਾਂ ਕੱਢ ਗਾਂਧੀ ਦੀ ਅਗਵਾਈ ਦੇ ਵਿੱਚ ਯਾਤਰਾ 14 ਜਨਵਰੀ ਨੂੰ ਮਨੀਪੁਰ ਦੇ ਇਮਫਾਲ ਤੋਂ ਸ਼ੁਰੂ ਹੋਵੇਗੀ ਤੇ 20 ਮਾਰਚ ਨੂੰ ਮੁੰਬਈ ਦੇ ਵਿੱਚ ਸਮਾਪਤ ਹੋਵੇਗੀ। ਦਿੱਲੀ ਤੋਂ ਸਵਾਤੀ ਮਾਲੀਵਾਲ, ਸੰਜੇ ਸਿੰਘ ਤੇ ਗੁਪਤਾ ਦਾ ਰਾਜ ਸਭਾ ਦੇ ਲਈ ਚੁਣੇ ਜਾਣਾ ਲਗਭਗ ਤੈਅ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਹਾਲੇ ਤੱਕ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਕਾਗਜ਼ ਨਹੀਂ ਭਰੇ। ਆਮ ਆਦਮੀ ਪਾਰਟੀ ਦੇ ਐਮਪੀ ਸੰਜੇ ਸਿੰਘ ਐਂਡੀ ਗੁਪਤਾ ਤੇ ਸੁਸ਼ੀਲ ਕੁਮਾਰ ਗੁਪਤਾ ਦਾ 6 ਸਾਲਾਂ ਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਜਾਊਗਾ। ਆਮ ਆਦਮੀ ਪਾਰਟੀ ਨੇ ਸੰਜੇ ਸਿੰਘ ਤੇ ਐਂਡੀ ਗੁਪਤਾ ਨੂੰ ਤਾਂ ਦੂਸਰੇ ਕਾਰਜਕਾਲ ਲਈ ਨਾਮਜ਼ਦ ਕੀਤਾ ਹੈ ਜਦਕੇ ਸੁਸ਼ੀਲ ਗੁਪਤਾ ਦੀ ਥਾਂ ਤੇ ਦਿੱਲੀ ਮੈਲਾ ਕਮਿਸ਼ਨ ਦੇ ਸਾਬਕਾ ਮੁਖੀ ਮਾਲੀਵਾਲ ਨੂੰ ਨਾਮ ਸਦ ਕੀਤਾ ਹੈ। ਆਨਲਾਈਨ ਸਟ੍ਰੀਮਿੰਗ ਕੰਪਨੀ Netflix ਨੇ ਨੈਨ 18 ਦੀ ਤਾਮਿਲ ਫਿਲਮ ਅਨਪੂਰਣੀ ਦਾ ਗੌਡਸ ਆਫ ਫੂਡ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਕੋਵਿਡ ਕਾਰਨ ਦਸੰਬਰ 2023 ਦੇ ਵਿੱਚ ਕਰੀਬ 10000 ਲੋਕਾਂ ਦੀਆਂ ਜਾਨਾਂ ਗਈਆਂ ਨੇ। ਆਹੀ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਹੁਣੇ ਲੰਘਿਆ ਇਹ WHO ਨੇ ਦਾਅਵਾ ਕੀਤਾ ਹੈ। ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰਸ ਨੇ ਕਿਹਾ ਹੈ ਇਹ ਛੁੱਟੀਆਂ ਕਾਰਨ ਲੋਕਾਂ ਦੇ ਵੱਡੇ ਇਕੱਠ ਹੋਏ ਜਿਸ ਕਾਰਨ ਕਰੋਨਾ ਦੇ ਕੇਸਾਂ ਵਿੱਚ ਵਾਧਾ ਦਰਜ ਹੋਇਆ ਤੇ 10000 ਜਾਨਾਂ ਚਲੀਆਂ ਗਈਆਂ। ਵਿਸ਼ਵ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਈਰਾਨ ਤੋਂ ਖਬਰ ਹੈ। ਈਰਾਨ ਨੇ ਕੱਲ ਸਵੇਰੇ ਓਮਾਨ ਦੇ ਤੱਟ ਨੇੜੇ ਇਰਾਕ ਤੋਂ ਤੁਰਕੀ ਲਈ ਤੇਲ ਲਿਜਾ ਰਹੇ ਜਹਾਜ਼ ਨੂੰ ਕਾਬੂ ਕਰ ਲਿਆ। ਇਸ ਘਟਨਾ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਵਿੱਚ 2 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਅਸਰ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਅਮਰੀਕਾ ਤੇ ਬਰਤਾਨੀਆਂ ਨੇ ਅੱਜ ਯਮਨ ਦੇ ਵਿੱਚ ਇਰਾਨ ਸਮਰਥਿਤ ਹੂਤੀ ਬਾਗੀਆਂ ਦੇ ਵੱਲੋਂ ਵਾਰਤਿਆਂ ਜਾਂਦੀਆਂ ਦਰਜਨ ਤੋਂ ਵੱਧ ਥਾਵਾਂ ਤੇ ਬੰਬਾਰੀ ਕੀਤੀ ਇਹਨਾਂ ਵਿੱਚ ਸਾਜ਼ੋਸਮਾਨ ਹਵਾਈ ਰੱਖਿਆ ਪ੍ਰਣਾਲੀਆਂ ਤੇ ਹਥਿਆਰਾਂ ਦੇ ਭੰਡਾਰ ਦੇ ਖੇਤਰ ਸ਼ਾਮਲ ਹਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਹਮਲੇ ਇਹ ਦਿਖਾਉਣ ਖਾਤਰ ਸਨ ਕਿ ਅਮਰੀਕਾ ਤੇ ਉਸਦੇ ਸਹਿਯੋਗੀ ਲਾਲ ਸਾਗਰ ਤੇ ਦਹਿਸ਼ਤਗਰਦੀ ਗਰੁੱਪਾਂ ਦੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸਨੇ ਮਿਆਂਮਾਰ ਦੀ ਸੱਤਾਤਾਰੀ ਫੌਜੀ ਸ਼ਾਸਨ ਅਤੇ 3 ਬ੍ਰਦਰਹੁੱਡ ਅਲਾਈਅੰਸ ਨਾਮਕ ਹਥਿਆਰਬੰਦ ਬਗੀ ਸਮੂਹਾਂ ਦੇ ਵਿਚਾਲੇ ਸ਼ਾਂਤੀ ਵਰਤਾ ਵਿੱਚ ਵਿਚੋਲਗੀ ਕੀਤੀ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਦੀ ਚੀਨ ਯਾਤਰਾ ਤੋਂ ਬਾਅਦ ਚੀਨ ਨੇ ਅੱਜ ਕਿਹਾ ਕਿ ਉਹ ਮਾਲਦੀਵ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਿਸੇ ਵੀ ਬਾਹਰੀ ਦਖਲ ਦਾ ਵਿਰੋਧ ਕਰਦੇ ਨੇ ਤੇ ਇਸ ਟਾਪੂ ਨੂਮਾ ਮੁਲਕ ਦੀ ਪ੍ਰਭੂਸੱਤਾ ਤੇ ਆਜ਼ਾਦੀ ਦੀ ਉਹ ਹਮਾਇਤ ਕਰਦੇ ਨੇ। ਕਮਾਂਤਰੀ ਨਿਆਂ ਅਦਾਲਤ ਦੇ ਵਿੱਚ ਇਜ਼ਰਾਈਲ ਖਿਲਾਫ ਕੇਸ ਦੀ ਸੁਣਵਾਈ ਲਗਾਤਾਰ ਚੱਲ ਰਹੀ ਹੈ ਇਜ਼ਰਾਈਲ ਨੇ ਹੈਗ ਸਥਿਤ ਕੋਰਟ ਆਫ ਜਸਟਿਸ ਤੋਂ ਮੰਗ ਕੀਤੀ ਹੈ ਕਿ ਦੱਖਣੀ ਅਫਰੀਕਾ ਵੱਲੋਂ ਲਿਆਂਦੇ ਗਏ ਕੇਸ ਨੂੰ ਖਾਰਜ ਕੀਤਾ ਜਾਵੇ ਇਸ ਮੁਕਦਮੇ ਦੇ ਵਿੱਚ ਦੱਖਣੀ ਅਫਰੀਕਾ ਨੇ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਫਲਸਤੀਨੀਆ ਦਾ ਕਤਲੇਆਮ ਕਰਨ ਦਾ ਦੋਸ਼ ਲਾਇਆ ਹੈ ਹਾਲਾਂਕਿ ਇਜ਼ਰਾਈਲ ਨੇ ਦੋਸ਼ਾਂ ਨੂੰ ਨਕਾਰਿਆ ਹੈ ਦੱਖਣੀ ਅਫਰੀਕਾ ਨੇ ਕਮਾਂਤਰੀ ਅਦਾਲਤ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਜ਼ਰਾਈਲ ਨੂੰ ਗਾਜ਼ਾ ਪੱਟੀ ਵਿੱਚ ਫੌਰੀ ਹਮਲੇ ਰੋਕਣ ਦੇ ਹੁਕਮ ਜਾਰੀ ਕਰੇ ਯੂਨ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਇਜ਼ਰਾਈਲ ਖਿਲਾਫ ਚੱਲ ਰਹੇ ਇਸ ਮਾਮਲੇ ਦੀ ਸੁਣਵਾਈ ਦਾ ਅੱਜ ਦੂਸਰਾ ਤੇ ਆਖਰੀ ਦਿਨ ਹੈ ਉਧਰ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੂੰ ਗਾਜ਼ਾ ਪੱਟੀ ਦੇ ਸ਼ਹਿਰ ਖਾਨ ਯੂਨਿਸ ਦੀ ਇੱਕ ਸੁਰੰਗ ਦੇ ਵਿੱਚ ਬੰਦਕਾਂ ਨੂੰ ਰੱਖੇ ਜਾਂਦੇ ਸਬੂਤ ਮਿਲੇ ਹਨ ਫੌਜ ਨੇ ਪੱਤਰਕਾਰਾਂ ਨੂੰ ਉਸ ਸੁਰੰਗ ਵੀ ਦਿਖਾਈ ਜਿੱਥੇ ਬੰਦੀਆਂ ਨੂੰ ਰੱਖੇ ਜਾਂਦਾ ਸ਼ੱਕ ਹੈ ਸੁਰੰਗ ਕਰੀਬ 2.5 ਮੀਟਰ ਡੂੰਗੀ ਤੇ ਗਰਮ ਹੈ ਉਸ ਦੀ ਅਕੰਧਾ ਤਾਰਾ ਲੱਗੀਆਂ ਹੋਈਆਂ ਨੇ ਅੱਗੇ ਜਾ ਕੇ ਉਹਦੇ ਵਿੱਚ ਇੱਕ ਪਖਾਨਾ ਵੀ ਬਣਿਆ ਹੋਇਆ ਜਿੱਥੇ ਵਾਜਨ ਨੂੰ ਸਬੂਤ ਮਿਲੇਗੇ ਕਿ ਉਹਨਾਂ ਦੇ ਇਜ਼ਰਾਈਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਬੰਦੀ ਬਣਾ ਕੇ ਰੱਖਿਆ ਗਿਆ 76 ਸਾਲਾਂ ਦੀ ਸ਼ੇਖ ਹਸੀਨਾ ਨੇ ਅੱਜ ਪੰਜਵੀਂ ਵਾਰੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕ ਲਈ ਹੈ ਹਸੀਨਾ ਕੈਬਨਿਟ ਦੇ ਵਿੱਚ 14 ਨਵੇਂ ਚਿਹਰਿਆਂ ਦੇ ਨਾਲ 25 ਮੰਤਰੀ ਤੇ 11 ਰਾਜ ਮੰਤਰੀ ਸ਼ਾਮਲ ਕੀਤੇ ਗਏ ਨੇ ਹਸੀਨਾ ਦੀ ਆਵਾਮੀ ਲੀਗ ਨੇ ਪਿਛਲੇ ਦਿਨੀ ਹੋਈਆਂ ਆਮ ਚੋਣਾਂ ਦੇ ਵਿੱਚ ਵੱਡੇ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀਐਨਪੀ ਤੇ ਇਸ ਦੇ ਭਾਈਵਾਲਾਂ ਨੇ ਚੋਣਾਂ ਦਾ ਰਾਸ਼ਟਰਪਤੀ ਮੁਹੰਮਦ ਸ਼ਾਹਬੁਦੀਨ ਨੇ ਹਸੀਨਾ ਨੂੰ ਅਹੁਦੇ ਦਾ ਹਲਫ ਦਵਾਇਆ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਰੂਸ ਨਾਲ ਜੰਗ ਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਕ੍ਰੈਮਨਲ ਕ੍ਰੈਮਲਿਨ ਦੀ ਫੌਜ ਨੂੰ ਇਕਜੁੱਟ ਹੋਣ ਦਾ ਮੌਕਾ ਮਿਲ ਜਾਵੇਗਾ ਐਸਟੋਨੀਆ ਦੇ ਦੌਰੇ ਤੇ ਆਏ ਜ਼ੇਲੈਂਸਕੀ ਨੇ ਕਿਹਾ ਕਿ ਜੇ ਜੰਗ ਬੰਦੀ ਹੋਈ ਤਾਂ ਇਸ ਨਾਲ ਰੂਸ ਨੂੰ ਫਾਇਦਾ ਹੋਵੇਗਾ ਉਹਨਾਂ ਦੋਸ਼ ਲਾਇਆ ਕਿ ਰੂਸ ਤੋਪ ਦੇ ਗੋਲਿਆਂ ਤੇ ਮਿਜ਼ਾਈਲਾਂ ਉੱਤਰੀ ਕੋਰੀਆ ਤੇ ਡਰੋਨ ਈਰਾਨ ਤੋਂ ਖਰੀਦ ਰਿਹਾ ਹੈ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਕਿ ਆਈਐਮਐਫ ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਦੇ ਲਈ ਸਟੈਂਡ ਬਾਈ ਅਰੇਂਜਮੈਂਟ ਯਾਨੀ ਕਿ SBA ਪ੍ਰੋਗਰਾਮ ਦੇ ਤਹਿਤ ਦੌਰ ਨੂੰ ਪਹਿਲੇ ਦੌਰ ਨੂੰ ਪੂਰਾ ਕਰਦੇ ਹੋਏ 700 ਮਿਲੀਅਨ ਡਾਲਰ ਦੀ ਪਹਿਲੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ ਟੈਸਲਾ ਨੇ ਕਿਹਾ ਕਿ ਲਾਲ ਸਾਗਰ ਦੇ ਵਿੱਚ ਜਹਾਜ਼ਾਂ ਤੇ ਹੁਤੀ ਬਾਗੀਆਂ ਦੇ ਹਮਲੇ ਕਾਰਨ ਉਸ ਨੂੰ ਆਵਾਜਾਈ ਦੇ ਰਾਂ ਬਦਲਨੇ ਪੈ ਰਹੇ ਨੇ ਤੇ ਇਸ ਨਾਲ ਇਸ ਦਾ ਕੰਪਨੀ ਦਾ ਜਿਹੜਾ ਉਤਪਾਦਨ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਸਿੰਗਾਪੁਰ ਤੋਂ ਖਬਰ ਹੈ ਜਿੱਥੇ ਟ੍ਰਿਬਿਊਨਲ ਨੇ ਭਾਰਤੀ ਮੂਲ ਦੇ ਡਾਕਟਰ ਮਨਿੰਦਰ ਸਿੰਘ ਸ਼ਾਹੀ ਨੂੰ 3 ਸਾਲ ਦੇ ਲਈ ਡਾਕਟਰੀ ਪੇਸ਼ੇ ਤੋਂ ਸਸਪੈਂਡ ਕਰ ਦਿੱਤਾ ਹੈ ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਦੇ ਮੁਤਾਬਕ ਉક્ત ਡਾਕਟਰ ਸੱਤ ਮਰੀਜ਼ਾਂ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦਰਦ ਨਿਵਾਰਕ ਦਵਾਈਆਂ ਦੰਦਾ ਆ ਰਿਹਾ ਸੀ ਜਿਸ ਕਰਕੇ ਸਜ਼ਾ ਮਿਲੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਟੜਕੇ ਦੀਆਂ ਖਬਰਾਂ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ।